ਅੰਗਵੇ ਸਕਾਲ ਠੀਕ ਬੇਜਾ ਵੇਖ ਲਓ ਪ੍ਰੋਪਰ ਖਿੱਚ ਮਾਰੀ ਵੇਖ ਲਓ ਕਿਆ ਬਾਤ ਹੈ ਓਏ ਦੋ ਪੇਚੇ ਕੱਟ ਕੇ ਮੈਂ ਪਤੰਗ ਲਾ ਲਈ ਹੈ ਕਿਲੇ ਜੀ ਗਰਾਊਂਡ ਟੌਪ ਕਲਾਸ ਗਰਾਊਂਡ ਹੈ ਔਰ ਮੇਲਾ ਤੁਸੀਂ ਅੱਜ ਵੇਖੋ ਪੂਰਾ ਮਗਿਆ ਹੈ ਜੀ ਪੂਰਾ ਮੇਲਾ ਮਗਿਆ ਜੇ ਆਪਣਾ ਯਾਰ ਹੈ ਵੀਰ ਦੀ ਭਾਈ ਇੰਜੋਏ ਕਰ ਰਹੇ ਗੇਮ ਨੂੰ ਤੇ ਪੇਚੇ ਤੁਹਾਨੂੰ ਰਜੇਸ਼ ਭਾਈ ਦਾ ਪੇਚਾ ਵਿਖਾ ਰਹੇ ਜੀ ਬੀ ਬਲੋਕ ਵਾਲਿਆਂ ਦਾ ਵਧੀਆ ਪੇਚਾ ਵਿਖਾਵਾਂਗੇ ਤੁਹਾਨੂੰ ਹੁਣ ਤੁਹਾਡੀ ਦੇ ਉਸਤਾਦ ਜੀ ਪਹਿਲਾਂ ਪਿੰਕੇ ਉਸਤਾਦ ਜੀ ਖਲੋਤੇ ਆ ਗਰਾਊਂਡ ਦੇ ਵਿੱਚ ਘਰ ਉਸਤਾਦਾਂ ਦੇ ਉਸਤਾਦ ਦੇ ਨਾਲ ਗਿੱਲ ਭਾਈ ਕਰੋ ਇੰਜੋਏ ਪੇਚਾ ਜੀ ਰਜੇਸ਼ ਭਾਈ ਦਾ ਬਹੁਤ ਹੀ ਸ਼ਾਨਦਾਰ ਵਹਾ ਜੇ ਦੋ ਪੇਚੇ ਕੱਢ ਕੇ ਪਤੰਗ ਲਾ ਲਈ ਆ ਬਹੁਤ ਹੀ ਸ਼ਾਨਦਾਰ ਦੋ ਪੇਚੇ ਕੱਢੇ ਮੈਂ ਆਪਣੀ ਤਰੀ ਵਾਫੇ ਕਰ ਦਿੰਦੇ ਆ ਥੱਲੇ ਲਾਈਆਂ ਦੋਵੇਂ ਪਤੰਗਾਂ ਹਵਾ ਇੱਕ ਨੰਬਰ ਹੋ ਗਈ ਹੈ ਕਿਆ ਬਾਤ ਹੈ ਕਿਆ ਹੀ ਬਾਤ ਹੈ ਓਏ ਹੋਏ 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 ਰਜੇਸ਼ ਭਾਈ ਦੀ ਪਤੰਗ ਕੱਟੀ ਗਈ ਅਤੇ ਹਨੀਵੀਰ ਨੇ ਪੇਚਾ ਕੱਟਿਆ ਉਹ ਹਨੀ ਗਿਆ ਜੱਗੇ ਹਵਾ ਦਾ ਪ੍ਰੈਸ਼ਰ ਬਹੁਤ ਜ਼ਬਰਦਸਤ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਧਰਤੀ ਜਿਹੜਾ ਮਹਾਂ ਸੂਟ ਕੀਤੀ ਮੈਨੂੰ ਲੋਕਾਂ ਨੂੰ ਵਿਖਾ ਲਈ ਧਰਤੀ ਮੈਨੂੰ ਮਹਾਂ ਸੂਟ ਕੀਤੀ ਕੰਪਨੀ ਤੋਂ ਬਾਅਦ ਸੂਟ ਕੀਤੀ ਤੇ ਮੈਂ ਕਹਿੰਦਾ ਮਹਾਂ ਸੂਟ ਕੀਤੀ ਆ ਭਾਈ ਦੇ ਪੈਰ ਪਏ ਮੇਰੇ ਨਾਲ ਫੇਰ ਮੈਂ ਪਿੱਛੇ ਕੱਟਣ ਲੱਗਾ ਇੱਧਰ ਆਪਣੀ ਗਰਾਊਂਡ ਦੇ ਨੰਬਰ ਵਨ ਖਿਡਾਰੀ ਵੀ ਪਤੰਗ ਲਾ ਰਹੇ ਨੇ ਦੋ ਪਿੱਛੇ ਕੱਟ ਕੇ ਤੇ ਉਹਨਾਂ ਨਾਲ ਵੀ ਦੋ ਗੱਲਾਂ ਮੈਂ ਕਰਕੇ ਆਵਾਂ ਜਰਾ ਆਹ ਪਤੰਗ ਬਾਈ ਚੈੱਕ ਕਰੋ ਤੁਸੀਂ ਕਿਲੇ ਜੀ ਗਰਾਊਂਡ ਦੀ ਆਹ ਗੁੱਡੀ ਵਾਲਾ ਕਿ ਬਹੁਤ ਪਰੇਸ਼ਾਨ ਕਰਨ ਦਿਆ ਵਾ ਆਹ ਉਹ ਖਿੰਚਾ ਮਾਰਨ ਦੀ ਪੂਰੀ ਤਿਆਰੀ ਚ ਹੈਗਾ ਆਹ ਗੁੱਡੀ ਵਾਲਾ ਦੇਖੋ ਤੁਸੀਂ ਗਰਾਊਂਡ ਕਿਲੇ ਦੀ ਗਰਾਊਂਡ ਜੇ ਬਹੁਤ ਜ਼ਬਰਦਸਤ ਗਰਾਊਂਡ ਮੰਨੀ ਜਾਂਦੀ ਅੰਮ੍ਰਿਤਸਰ ਦੇ ਵਿੱਚ ਮਤਲਬ ਕਿ ਜਿੰਨੇ ਵੀ ਪੁਰਾਣੇ ਪੁਰਾਣੇ ਸਾਰੇ ਪਲੇਅਰ ਹੈਗੇ ਆ ਉਹ ਸਾਰੇ ਇਸ ਗਰਾਊਂਡ 'ਚ ਵੱਸਦੇ ਆ ਔਰ ਬਹੁਤ ਹੀ ਵਧੀਆ ਖਿਡਾਰੀ ਸਾਰੇ ਗਰਾਊਂਡਾਂ ਸਾਰੀਆਂ ਵਧੀਆ ਸਾਡੀ ਭਲਾਈ ਖਿੰਦਰ ਗਰਾਊਂਡ ਵੀ ਬਹੁਤ ਵਧੀਆ ਅਸੀਂ ਆਪਣੀ ਗਰਾਊਂਡ ਨੂੰ ਵੀ ਕਦੀ ਮਾੜਾ ਨਹੀਂ ਕਹਿੰਦੇ ਉਹ ਹੈ ਹੀ ਵਧੀਆ ਕਿਲੇ ਦੀ ਗਰਾਊਂਡ ਭਲਾਈ ਖਿੰਦਰ ਗਰਾਊਂਡ ਟੌਪ ਗਰਾਊਂਡ ਮੰਨੀ ਜਾਂਦੀ ਹੈ ਜੀ ਅੰਮ੍ਰਿਤਸਰ ਦੀ
ਲਓ ਜੀ ਤਕੜੇ ਪਲੇਅਰ ਮੰਗੂ ਭਾਜੀ ਨਾ ਸ਼ਕੀਰਦ ਬਾਅਦ ਪਤੰਗ ਲਾ ਰਹੇ ਨੇ ਪੇਚਾ ਕੱਟ ਕੇ ਇੱਧਰ ਭਲਾਈ ਕਹਿੰਦੇ ਦਾ ਤਕੜਾ ਨਾਮ ਸਾਹਿਲ ਭਾਈ ਚੈਂਪੀਅਨ ਸਾਹਿਬ ਮੈਂ ਨਾ ਸਾਹਿਲ ਭਾ ਗੱਲ ਕਰ ਰਿਹਾ ਮੰਗੂ ਨਾਲ ਗੱਲ ਮੈਂ ਕਿਹਾ ਸਾਰੇ ਕੰਪਨੀ 'ਚ ਰੋਲਾ ਪਿਆ ਸੀ ਕੈਮਰੇ ਤੇ ਘੁਮਾ ਮੇਰਾ ਸਾਰੇ ਕੰਪਨੀ 'ਚ ਰੋਲਾ ਪਿਆ ਸੀ ਸਾਹਿਲ ਨੇ ਲੰਬਾ ਲਿਆ ਮੰਗੂ ਸਾਹਿਲ ਲੰਬਾ ਅਗਲਾ ਲਿਆ ਮਹਾਰਾਜ ਨੂੰ ਫੇਲ ਆ ਲਓ ਜੀ ਆਪਣੇ ਅੰਮ੍ਰਿਤਸਰ ਕੱਟ ਫਲੈਂਗ ਵਾਲੇ ਗੁਣੀ ਰਾਮ ਹੋਣੇ ਪਤੰਗ ਉਤਾਰ ਲਈ ਆ ਗੁਣੀ ਰਾਮ ਜੀ ਥੋੜ੍ਹੇ ਮੇਰੇ ਪੇਚੇ ਦੀ ਬੈਣਬਾਜ਼ੀ ਕਰੋ ਯਾਰ ਕਿੱਦਾਂ ਦੋਵੇਂ ਪੇਚੇ ਹੀਰੇ ਸ਼ਾਹੀ ਮਹਾਰਾਜ ਯੂਟਿਊਬਰ ਇੱਕ ਕਿਲੇ ਦੇ ਗਰਾਊਂਡ ਚ ਆਏ ਨੇ ਤੇ ਬੜੇ ਖੂਬਸੂਰਤ ਦੋ ਪੇਚੇ ਕੱਟੇ ਨੇ ਦੂਜਾ ਖਿੱਚ ਵਜੇ ਗਏ ਠਾੜਾ 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 ਮੈਂ ਨਹੀਂ ਰੋਕੀ ਡੋਰ ਬਹੁਤ ਵਧੀਆ ਹਾਂਜੀ ਥੋੜ੍ਹੇ ਆਲਾ ਪੇਜ ਆਲਾ ਹੋਏ ਪਹਿਲਾਂ ਤੇ ਮੈਂ ਜ਼ਮੀਨ ਚ ਲਵੇਲੇ ਲੈ ਗਿਆ ਉਹਨੂੰ ਪ੍ਰੇਮ ਭਾਈ ਦੀ ਪਤੰਗ ਬਾਰ ਬਾਰ ਟੁੱਟਦੀ ਹੋਈ ਤੁਹਾਨੂੰ ਕੁੱਟਦੇ ਮੈਂ ਸਹਿਜ ਸੋਹਣੇ ਲੱਗਦੇ ਪ੍ਰੇਮ ਭਾਈ ਕਿਆ ਬਾਤ ਹੈ ਵੱਖਰੇ ਵੱਖਰੇ ਢੰਗਾਂ ਜਿਹੜੇ ਪਾਉਂਦੇ ਨਾ ਤੁਸੀਂ ਆਪਣਾ ਬੰਦਾ ਤਿਆਰ ਕਰੋ ਸਵੇਰ ਵਾਸਤੇ ਆਹੋ ਦੋ ਗੱਲਾਂ ਸਾਂਝੇ ਕਰਕੇ ਜੀ ਜਰਾ ਭਾਈ ਹੱਥ ਭਾਈ ਹੱਥ ਪੂਰੇ ਸਾਫ਼ ਹੋ ਗਏ ਭਾਈ ਦੇ ਵੇਖੋ ਸਵੇਰੇ ਕੰਪੀਟੀਸ਼ਨ ਵਾਸਤੇ ਇੱਕ ਚੀਰਾ ਨਹੀਂ ਗਾਉਂਗਲ ਵਾਸਤੇ ਅਤੇ ਸਵੇਰੇ ਪਤਾ ਨਹੀਂ ਕੀ ਬੰਨਾ ਜੇ ਵੇਖੋ ਹੱਥ ਬਿਲਕੁਲ ਸਾਫ਼ ਹੈ ਅੰਕੁਰ ਭਾਈ ਦਾ ਪੇਚਾ ਅੰਕੁਰ ਭਾਈ ਟੌਪ ਦੇ ਖਿਡਾਰੀ ਰਣਜੀਤ ਸਾਹਿਬ ਨੂੰ ਗਰਾਊਂਡ ਦੇ ਇੱਕ ਪੇਚ ਹੁੰਦਾ ਪਿਆ ਲਾਈਵ ਉਹ ਬਿੱਲੇ ਹਲਵਾਈ ਭਾਈ ਦੇ ਮੁੰਡੇ ਦਾ ਪੇਚ ਹੋ ਰਿਹਾ ਜੀ ਉੱਧਰਲੇ ਪਾਸੇ ਜੀ ਆਪਣਾ ਮੁੰਨਾ ਜੀ ਮੁੰਨਾ ਜੀ ਕਿਲ੍ਹਾ ਗਰਾਊਂਡ ਦੇ ਵਧੀਆ ਪਲੇਅਰ ਉੱਧਰੋਂ ਬਿੱਲੇ ਹਲਵਾਈ ਜੀ ਟੌਪ ਕਲਾਸ ਬਹੁਤ ਵਧੀਆ ਪੇਚਾ ਕੱਟਿਆ ਮੁੰਨਾ ਨੇ ਭਾਈ ਬਹੁਤ ਹੀ ਸ਼ਾਨਦਾਰ ਖਿੱਚ ਮਾਰੀ ਹੈ ਬਹੁਤ ਸੋਹਣਾ ਪੇਚ ਕੱਟਿਆ ਬਹੁਤ ਵਧੀਆ ਪੇਚਾ ਅੰਕੁਰ ਭਾਈ ਦਾ ਪੇਚਾ ਬੰਦ ਕਰੋ ਇੱਧਰ ਆ ਜਾਓ ਨਾ ਨਾ ਮੇਰਾ ਵੇ ਰਣਜੀਤ ਹੁਣ ਬੜੇ ਸੋਹਣੇ ਖਿਡਾਰ ਹੈ ਉੱਧਰੋਂ ਜਤਿਨ ਉਹ ਤੇਰੀ ਓਏ ਬੰਦਾ ਚੁਣ ਕੇ ਲੱਭਿਆ ਜੇ ਉਤਰੇ ਥੱਲੇ ਲੜਾਈ ਏ
ਅੰਕੁਰ ਭਾਈ ਏਡੇ ਵੱਡੇ ਖਿਡਾਰੀ ਦਾ ਵਿੱਚ ਚੱਲ ਦੋ ਲੜੇ ਆ ਜਤਿਨ ਭਾਈ ਅੰਦਰੋਂ ਖਿੱਚੋ ਬਾਹਰ ਡਿੱਗਦੀ ਹੈ ਕਿਆ ਬਾਤ ਹੈ ਓਏ ਹੋਏ 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 ਲੋ ਜੀ ਬੜਾ ਹੀ ਸ਼ਾਨਦਾਰ ਮੇਲਾ ਕਢਾਇਆ ਜਤਿਨ ਭਾਈ ਨੇ ਉੱਥੋਂ ਹੀ ਸ਼ਾਨਦਾਰ ਪਿੱਛਾ ਕੱਢਿਆ ਗੁਰੂ ਭਾਈ ਜਤਿਨ ਉਹ ਚਰਖੀ ਦੀ ਸਪੀਡ ਉਹ ਕਿੱਦਾਂ ਪੈਂਦੀ ਆ ਕਟੋਲਿਆਂ ਨੂੰ ਇੱਜ਼ਤ ਦੇ ਰਹੇ ਆਪਾਂ ਕਟੋਲਿਆਂ ਨੂੰ ਇੱਜ਼ਤ ਦਿੱਤੀ ਕਟੋਲਿਆਂ ਨੂੰ ਇੱਜ਼ਤ ਦਿੱਤੀ ਆ